ਮੇਰੀ ਜੀ ਮੋਟਰਸਾਈਕਲ ਦੀ ਅਤੇ ਮੇਰੇ ਸਨਮਾਨ ਚੰਨ ਜਿਹੜੇ ਮੈਨੂੰ ਹੌਸਲੇ ਵਜੋਂ ਮਿਲੇ ਸੀਗੇ ਅਤੇ ਮੈਂ ਉਹਨਾਂ ਨੂੰ ਕੱਲ੍ਹ ਨੂੰ ਵੇਚ ਰਿਹਾ ਵਾਂ। ਅਤੇ ਮੈਂ ਬਿੱਟੂ ਬੈਂਸ ਅਤੇ ਗਰੇਵਾਲ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ ਵੀ ਆਓ ਬੋਲੀ ਲਾਓ। ਲੋਕ ਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਤਾਂ ਜਿਹੜੇ ਉਮੀਦਵਾਰ ਨੇ ਉਹਨਾਂ ਦੀਆਂ ਜਾਇਦਾਦ ਪ੍ਰਾਪਰਟੀਆਂ ਦਾ ਵੀ ਵੇਰਵਾ ਆਮ ਲੋਕਾਂ ਦੇ ਸਾਹਮਣੇ ਆਇਆ। ਜੇਕਰ ਲੋਕ ਸਭਾ ਹਲਕਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਸਿੰਘ ਬੈਂਸ ਸਭ ਤੋਂ ਅਮੀਰ ਉਮੀਦਵਾਰ ਵਜੋਂ ਉੱਭਰੇ ਨੇ, ਜਦਕਿ ਆਮ ਆਦਮੀ ਪਾਰਟੀ ਦੇ ਜਿਹੜੇ ਡਾਕਟਰ ਤੇਜਪਾਲ ਨੇ ਉਹਨਾਂ ਕੋਲ ਸਭ ਤੋਂ ਘੱਟ ਪ੍ਰਾਪਰਟੀ ਕਹੀ ਜਾ ਸਕਦੀ ਹੈ। ਪਰ ਸਾਡੇ ਨਾਲ ਨੇ ਆਜ਼ਾਦ ਉਮੀਦਵਾਰ ਟੀਟੂ ਬਾਣੀਆ, ਜਿਨ੍ਹਾਂ ਨੇ ਚੋਣ ਲੜਨ ਦੇ ਲਈ ਐਲਾਨ ਕੀਤਾ ਕਿ ਉਹ ਇੱਕ ਜਿਹੜਾ ਉਹਨਾਂ ਕੋਲ ਮੋਟਰਸਾਈਕਲ ਹੈ ਉਹ ਨਿਲਾਮ ਕਰਨਗੇ ਅਤੇ ਕੁਛ ਸਨਮਾਨ ਜਿਹੜੇ ਉਹਨਾਂ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ ਵਿਅੰਗਮਈ ਤਰੀਕੇ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਹਾਸਲ ਕੀਤੇ ਸੀ ਉਹ ਸਨਮਾਨ ਦੀ ਵੀ ਨਿਲਾਮੀ ਕਰਨਗੇ। ਸਾਡੇ ਨਾਲ ਟੀਟੂ ਬਾਣੀਆ ਜੀ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿ ਲੋੜ ਪੈ ਗਈ ਕਿ ਇਹਨਾਂ ਨੂੰ ਆਪਣਾ ਮੋਟਰਸਾਈਕਲ ਅਤੇ ਸਨਮਾਨ ਚਿੰਨ੍ਹ ਨਿਲਾਮ ਕਰਨੇ ਪੈ ਗਏ। ਟੀਟੂ ਜੀ, ਕੀ ਲੋੜ ਪੈ ਗਈ ਕਿ ਆਪਣਾ ਮੋਟਰਸਾਈਕਲ ਅਤੇ ਸਨਮਾਨ ਚਿੰਨ੍ਹ ਨਿਲਾਮ ਕਰਨੇ ਪੈਣੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ, ਜਿਹੜੇ ਮੈਂ ਸਮਾਜਿਕ ਸਕਿੱਟਾਂ ਕੀਤੀਆਂ, ਸਮਾਜ ਨੂੰ ਸੁਧਾਰਨ ਵਾਸਤੇ ਚੀਜ਼ਾਂ ਕੀਤੀਆਂ, ਉਹ ਮੇਰੇ ਘਰ ਬਹੁਤ ਇਕੱਠੀਆਂ ਹੋਈਆਂ ਪਈਆਂ ਨੇ। ਮੇਰੇ ਘਰ ਦਾ ਸ਼ਿੰਗਾਰ ਨੇ ਉਹ। ਮੈਂ ਜਦੋਂ ਵੀ ਉਹਨਾਂ ਨੂੰ ਦੇਖਦਾ ਵਾਂ, ਮੈਂ ਇੱਕ ਮਾਣ ਮਹਿਸੂਸ ਕਰਦਾ ਵੀ ਮੈਂ ਚੰਗੇ ਕੰਮ ਕੀਤੇ ਆ। ਲੇਕਿਨ ਉਹਨਾਂ ਚੰਗੇ ਕੰਮਾਂ ਕਰਕੇ, ਮੈਂ ਇੰਨੇ ਕੰਮ ਚੰਗੇ ਕੀਤੇ, ਉਸ ਤੋਂ ਬਾਅਦ ਬਾਵਜੂਦ ਵੀ ਬੁਰਾਈਆਂ ਵੱਧਦੀਆਂ ਜਾ ਰਹੀਆਂ ਨੇ। ਫਿਰ ਮੈਂ ਸੋਚਿਆ ਵੀ ਇਹ ਕਿਸ ਕਿਸ ਕੰਮ ਦੀਆਂ ਚੀਜ਼ਾਂ ਨੇ ਕਰਾਂ, ਤਾਂ ਮੈਂ ਵੀਰੇ ਇਹਨਾਂ ਨੂੰ ਕੱਲ੍ਹ ਨੂੰ ਵੇਚੂੰਗਾ। ਇੱਕ ਮੇਰਾ ਮੋਟਰਸਾਈਕਲ ਆ, ਜੇ ਤਾਂ ਮੈਂ ਆਰ ਓ ਫਿਲਟਰ ਠੀਕ ਕਰਨ ਜਾਂਦਾ ਲੋਕਾਂ ਦੇ ਘਰਾਂ ਦੇ ਵਿੱਚ, ਅਤੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਕੈਂਡੀਡੇਟ ਨੇ ਉਹ ਕਰੋੜਾਪਤੀ ਆ ਨਾ। ਤਾਂ ਦੇਖੋ ਦੋਸਤੋ, ਵੀ ਮੇਰਾ ਜਿਹੜਾ ਦਾਦਾ ਸੀਗਾ ਉਹ ਸੀ ਐੱਮ ਸੀਗਾ ਪੰਜਾਬ ਦਾ, ਵੀ ਮੇਰੇ ਕੋਲ ਪੈਸਾ ਹੋਵੇ ਨਾ। ਮੇਰੇ ਭਰਾ ਨੂੰ ਕੀ ਡੀ ਐੱਸ ਪੀ ਦੀ ਨੌਕਰੀ ਲੱਗੀ ਆ, ਨਾ ਬਾਈ ਮੈਂ ਕੋਈ ਖੱਡਾ 'ਚ ਹਿੱਸਾ ਪਾਇਆ ਵਾ, ਨਾ ਮੈਂ ਪ੍ਰਾਈਵੇਟ ਬੱਸਾਂ ਚਲਾਈਆਂ ਨੇ, ਨਾ ਮੈਂ ਪ੍ਰਾਈਵੇਟ ਸਕੂਲ ਚਲਾਇਆ ਵਾ। ਜਦੋਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਤਾਂ ਮੇਰੇ ਕੋਲ ਪੈਸਾ ਕਿੱਥੋਂ ਆਊਗਾ? ਇਸ ਕਰਕੇ ਵੀਰੇ, ਮੈਂ ਆਪਣਾ ਮੋਟਰਸਾਈਕਲ ਕੱਲ੍ਹ ਨੂੰ ਅਤੇ ਆਪਣੇ ਮਾਣ ਸਨਮਾਨ ਚਿੰਨ੍ਹ ਜਿਹੜੇ ਮੈਨੂੰ ਯਾਦਗਾਰੀ ਚਿੰਨ੍ਹ ਮਿਲੇ ਹੋਏ ਸੀਗੇ, ਅਗਰ ਜਿਹੜੇ ਮੈਂ ਝੰਡੇ ਗੱਡੇ ਹੋਏ ਸੀਗੇ, ਕੱਲ੍ਹ ਨੂੰ ਮੈਂ ਉਹਨਾਂ ਦੀ ਨਿਲਾਮੀ ਕਰ ਰਿਹਾ। ਇਹ ਜਿਹੜਾ ਮੋਟਰਸਾਈਕਲ ਹੈ, ਮਾਡਲ ਕੀ ਹੈ ਅਤੇ ਤੁਸੀਂ ਉਹਦਾ ਪ੍ਰੋਗਰਾਮ ਕੀ ਰੱਖਿਆ ਨਿਲਾਮ ਕਰਨ ਦਾ, ਟਾਈਮਿੰਗ ਕੀ ਹੈ? ਉਹ ਜੀ PV 10 ਆ, 5810 2012 ਮਾਡਲ ਆ ਜੀ, ਮੇਰੇ ਨੌਂ 'ਤੇ ਆ ਜੀ। ਕਿਉਂਕਿ ਅਸੀਂ ਲੋਕਾਂ ਨੂੰ ਚਾਹੁੰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਜਿਹੜੇ ਆ ਲੀਡਰ ਚੋਣਾਂ ਦੇ ਵਿੱਚ ਖੜ੍ਹਦੇ ਨੇ, ਵੱਡੇ ਵੱਡੇ ਵਾਅਦੇ ਕਰਦੇ ਨੇ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਭਾਈ ਹੁਣ ਲੋਕ ਸਮਾਨ ਵੇਚਣ ਲੱਗ ਗਏ ਘਰ ਦਾ, ਵੀ ਹੁਣ ਤੁਸੀਂ ਕੰਮ ਕਰੋ। ਕਿਉਂਕਿ ਜਦੋਂ ਤੱਕ ਤੁਸੀਂ ਕੰਮ ਨਹੀਂ ਕਰਦੇ, ਇੱਥੇ ਮਾਵਾਂ ਦੇ ਪੋਤੇ ਹੀ ਮਰਦੇ ਰਹਿੰਦੇ ਆ, ਸਾਡਾ ਜੱਟ ਜ਼ਿਮੀਂਦਾਰ ਮਰਦਾ ਰਹਿਣਾ ਵਾ। ਕਿਉਂਕਿ ਵੀਰੇ ਆ ਤਾਂ ਸਾਨੂੰ ਵੇਚਣਾ ਪੈਣਾ ਵਾ, ਕਿਉਂਕਿ ਲੜਾਈ ਅਸੀਂ ਲੰਬੀ ਲੱਗੀ ਹੋਈ ਆ, ਬਾਹਲੀ ਵੱਡੀ ਲੜਾਈ ਦਾ ਪੰਗਾ ਲਿਆ ਆਇਆ ਵਾ। ਕਿਉਂਕਿ ਇਹਨਾਂ ਨੂੰ ਅਕਲ ਨਹੀਂ ਆਉਣੀ, ਜੇ ਮੇਰੇ ਵਰਗੇ ਬੰਦਾ ਨਹੀਂ ਖੜਦਾ ਤਾਂ ਇਹਨਾਂ ਨੂੰ ਅਕਲ ਵੀ ਨਹੀਂ ਆਉਣੀ। ਇਹਨਾਂ ਨੂੰ ਅਕਲ ਲਿਆਉਣ ਦੀ ਖਾਤਰ ਮੈਂ ਹਰ ਚੀਜ਼ ਵੇਚਾਂਗਾ। ਇਹ ਸੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਟੀਟੂ ਬਾਣੀਆ, ਜਿਹੜੇ ਖੁਦ ਮਜ਼ਾਕ ਦਾ ਪਾਤਰ ਬਣ ਕੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਵਿਅੰਗ ਕਰਕੇ ਲੋਕਾਂ ਨੂੰ ਹਸਾਉਂਦੇ ਰਹੇ, ਲੋਕਾਂ ਨੂੰ ਵਿਅੰਗਾਂ ਦੇ ਨਾਲ ਜਾਗਰੂਕ ਕਰਦੇ ਰਹੇ ਸਮਾਜਿਕ ਬੁਰਾਈਆਂ ਦੇ ਖਿਲਾਫ਼। ਅੱਜ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਨੇ ਖੁਦ ਭਾਵੇਂ ਇਹਨਾਂ ਦੀਆਂ ਅੱਖਾਂ ਭਰ ਰਹੀਆਂ, ਪਰ ਚਾਹੁੰਦੇ ਨੇ ਕਿ ਦੇਸ਼ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਚਿਹਰੇ ਮੁਰਝਾਏ ਹੋਏ ਨੇ ਉਹਨਾਂ ਦੇ ਉੱਤੇ ਰੌਣਕ ਆਵੇ, ਮੁੜ ਪੰਜਾਬ ਖੁਸ਼ਹਾਲੀ ਵੱਲ ਜਾਵੇ, ਕੱਲ੍ਹ ਨੂੰ ਆਪਣਾ ਮੋਟਰਸਾਈਕਲ ਅਤੇ ਸਨਮਾਨ ਚਿੰਨ੍ਹ ਲੋਕਾਂ
ਦੇ ਲਈ ਨਿਲਾਮ ਕਰਨਗੇ। ਅਸੀਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਟੀਟੂ ਬਾਣੀਆਂ ਦੇ ਘਰ ਪਹੁੰਚਿਆ। ਸਾਡੇ ਨਾਲ ਟੀਟੂ ਬਾਣੀਆਂ ਜੀ ਵੀ ਨੇ। ਇਹਨਾਂ ਟੀਟੂ ਜੀ, ਤੁਸੀਂ ਮੋਟਰਸਾਈਕਲ ਨਿਲਾਮ ਕਰਨ ਲੱਗੇ ਹੋ, ਘਰਦੇ ਨਹੀਂ ਕਹਿੰਦੇ ਕਿ ਕਿਹੜੇ ਪੰਗੇ 'ਚ ਪੈ ਗਏ? ਘਰਦੇ ਤਾਂ ਕਹਿੰਦੇ ਆ ਵੀ ਤੂੰ ਜਿਹੜਾ ਲੜ ਰਿਹਾ ਵਾਂ ਉਹ ਬਹੁਤ ਵੱਡੇ ਬੰਦਿਆਂ ਨਾਲ, ਵੱਡੇ ਸਿਸਟਮ ਨਾਲ ਲੜ ਰਿਹਾ ਵਾਂ, ਵੀ ਇਕੱਲਾ ਕਿਵੇਂ ਲੜੇਗਾ? ਤਾਂ ਮੈਂ ਉਹਦੀ ਮਾਂ ਨੂੰ ਆਖਿਆ, ਮੈਂ ਮਾਤਾ ਘਬਰਾ ਨਾ, ਤੇਰਾ ਆਸ਼ੀਰਵਾਦ ਮੇਰੇ ਨਾਲ ਆ, ਅਸੀਂ ਜਿੱਤ ਕੇ ਆਵਾਂਗੇ। ਹਾਂਜੀ, ਨਿਲਾਮੀ ਬਾਰੇ ਕੀ ਕਹਿੰਦੇ? ਮੇਰੀ ਜੀ ਮੋਟਰਸਾਈਕਲ ਦੀ ਅਤੇ ਮੇਰੇ ਸਨਮਾਨ ਚੰਨ ਜਿਹੜੇ ਮੈਨੂੰ ਹੌਸਲੇ ਵਜੋਂ ਮਿਲੇ ਸੀਗੇ ਵੀ ਤੂੰ ਸਮਾਜ ਸੇਵਾ ਕਰਨੀ ਆ, ਅਤੇ ਮੈਂ ਉਹਨਾਂ ਨੂੰ ਕੱਲ੍ਹ ਨੂੰ ਵੇਚ ਰਿਹਾ ਵਾਂ ਅਤੇ ਮੰਡੀ ਦੇ ਵਿੱਚ 11:30 ਵਜੇ, ਅਤੇ ਮੈਂ ਬਿੱਟੂ ਬੈਂਸ ਅਤੇ ਗਰੇਵਾਲ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ ਵੀ ਆਓ, ਬੋਲੀ ਲਾਓ, ਆਪਣੀ ਕੋਈ ਲੜਾਈ ਨਹੀਂ ਆ, ਆਪਾਂ ਭਾਈ ਭਾਈ ਹਾਂ, ਆਪਣਾ ਜਿਹੜਾ ਮਤ ਆ ਸਿਆਸੀ ਮਤ ਨਹੀਂ ਆਪਣਾ ਮਿਲਦਾ। ਜਿਵੇਂ ਤੁਸੀਂ ਸਿਆਸਤ ਕਰਦੇ ਹੋ ਮੈਂ ਉਸ ਗੱਲੋਂ ਖੁਸ਼ ਨਹੀਂ ਹਾਂ। ਵੈਸੇ ਤਾਂ ਤੁਸੀਂ ਮੇਰੇ ਭਰਾ ਹੋ, ਜਦੋਂ ਸਾਡਾ ਨੌਜਵਾਨ ਚਿੱਟੇ ਨਾਲ ਮਰ ਗਿਆ, ਸਾਡਾ ਆਉਂਦਾ ਤਾਂ ਫਾਏ ਨਾਲ ਮਰ ਗਿਆ, ਮੈਂ ਤਾਂ ਕਹਿੰਦਾ ਹੁਣ ਸ਼ਰਮ ਨਾ ਕਰਿਓ, ਕਿਉਂਕਿ ਉਦੋਂ ਸ਼ਰਮ ਨਹੀਂ ਆਈ ਸਿਆਸੀ ਪਾਰਟੀਆਂ ਨੂੰ, ਹੁਣ ਕਾਹਦੀ ਸ਼ਰਮ ਆ? ਤੁਸੀਂ ਆ ਕੇ ਬੋਲੀ ਲਾ ਸਕਦੇ ਹੋ, ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗੇ ਉਹ ਖਰੀਦ ਸਕਦੇ ਹੋ, ਕਿਉਂਕਿ ਭਾਈਚਾਰਾ ਆਪਾਂ ਕਾਇਮ ਕੀਤਾ ਵਾ, ਭਾਈਚਾਰਾ ਕਾਇਮ ਰੱਖਾਂਗੇ ਵੀ ਤੁਸੀਂ ਆਓ ਨਿਲਾਮੀ 'ਚ ਬੋਲੀ ਦਿਓ। ਕੀ ਔਫਰ ਆਈ ਹੈ? ਨਹੀਂ ਜੀ, ਮੈਨੂੰ ਸਿਆਸੀ ਪਾਰਟੀਆਂ ਦੇ ਤਾਂ ਨਹੀਂ ਫੰਡ ਦੀ ਔਫਰ ਆਈ। ਕਈ ਜਿਹੜੇ ਐਵੇਂ ਹੀ ਆਸੇ ਪਾਸੇ ਤੁਰਦੇ ਰਹਿੰਦੇ ਨੇ, ਜਿਹੜੇ ਵਿਹਲੇ ਆ ਉਹ ਆ ਕੇ ਮੂੰਹ ਖਵਾਈ ਕਰਦੇ ਆ, ਭਾਈ ਇੰਨੇ ਪੈਸੇ ਫਲਾਣਾ ਲਾ ਦੂਗਾ। ਮੈਂ ਕਿਹਾ ਦੇ ਦਿਓ। ਮੈਂ ਸਾਰੇ ਸਿਆਸੀ ਲੀਡਰਾਂ ਨੂੰ ਬੇਨਤੀ ਕਰਦਾ ਵਾਂ, ਕੋਈ ਵੀ ਚੋਣ ਫੰਡ ਦੇਣਾ ਚਾਹੁੰਦਾ ਹੋਵੇ, ਬੈਂਸ ਬਿੱਟੂ ਗਰੇਵਾਲ ਮੈਨੂੰ ਚੋਣ ਫੰਡ ਦੇ ਸਕਦਾ ਵਾ, ਪਰ ਇੱਕ ਗੱਲ ਖਿਆਲ ਰੱਖਿਓ, ਤੁਹਾਡਾ ਚੋਣ ਫੰਡ ਲੈ ਕੇ ਤੁਹਾਡੀਆਂ ਕੁਰੀਤੀਆਂ ਨੂੰ ਮੈਂ ਉਜਾਗਰ ਕਰਾਂਗਾ, ਮੈਂ ਮੂੰਹ 'ਚ ਬੱਬਲਗਮ ਨਹੀਂ ਪਾਵਾਂਗਾ। ਇਸ ਗੱਲ ਦਾ ਖਿਆਲ ਰੱਖਿਓ, ਕਿਉਂਕਿ ਅਸੀਂ ਸਿਸਟਮ ਨੂੰ ਸੁਧਾਰਨ ਵਾਸਤੇ ਚੱਲੇ ਹੋਏ ਹਾਂ, ਅਸੀਂ ਸਰਕਾਰਾਂ ਨੂੰ ਸਿੱਧੇ ਰਾਹ ਲੈ ਕੇ ਜਾਣ ਚੱਲੇ ਹੋਏ ਹਾਂ। ਇਹ ਨਹੀਂ ਵੀ ਚੋਣ ਫੰਡ ਅਗਲਾ ਦੇ ਕੇ ਅਗਲਾ ਕਹੇ ਭਾਈ ਤੂੰ ਮੇਰੇ ਖਿਲਾਫ਼ ਤਾਂ ਬੋਲਣਾ ਹੀ ਨਹੀਂ ਆ, ਅਸੀਂ ਤਾਂ ਗੱਲ ਕਹਿੰਦੇ ਹਾਂ ਵੀ ਜਦੋਂ ਵੀ ਬੋਲਾਂਗੇ ਸੱਚੀ ਗੱਲ ਬੋਲਾਂਗੇ, ਚੋਣ ਫੰਡ ਮੈਨੂੰ ਕੋਈ ਵੀ ਸਿਆਸੀ ਪਾਰਟੀ ਵਾਲਾ ਦੇ ਸਕਦਾ ਵਾ। ਸਾਡੇ ਨਾਲ ਟੀਟੂ ਬਾਣੀਆਂ ਜੀ ਦੇ ਮਾਤਾ ਜੀ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਮਾਤਾ ਜੀ, ਘਰ ਦਾ ਸਮਾਨ ਵੇਚ ਰਹੇ ਨੇ, ਮੋਟਰਸਾਈਕਲ ਵੇਚ ਰਹੇ ਨੇ ਇਲੈਕਸ਼ਨ ਦੇ ਲਈ, ਕੀ ਮੋਟਰਸਾਈਕਲ ਕੀ ਨਿਲਾਮੀ ਕਰ ਰਹੇ ਹਾਂ ਅਤੇ ਘਰ ਦਾ ਸਮਾਨ ਵੀ ਵੇਚ ਰਹੇ ਹਾਂ, ਮੇਰੇ ਪੈਸੇ ਵੀ ਲੈ ਕੇ ਚੁਰਾ ਕੇ ਨਾ, ਅਤੇ ਵੋਟੋ ਕੇ ਲਈ ਬਹੁਤ ਜ਼ਿਆਦਾ ਲੜ ਰਹੇ ਹਾਂ, ਗੌਰਮੈਂਟ ਕਾਰਵਾਈ ਨਹੀਂ ਕਰਦੀ, ਤਾਂ ਗਰਮਾ ਪਾਣੀ ਵੱਢ ਜਾਗਾ, ਕਭੀ ਤਾਂ ਉੱਧਰ ਨਾਲਾ ਕਾ ਵੇਚ ਦਿੰਦੇ ਹੈਗਾ, ਕਭੀ ਚਿੱਟੇ ਕੇ ਬਾਰੇ ਵੇਚ ਦਿੱਤਾ ਹੈਗਾ, ਮੈਂ ਬਹੁਤ ਪਰੇਸ਼ਾਨ ਹੂੰ, ਮੈਂ ਇਸਕੀ ਦਿੱਕਤ ਮੈਂ ਬਹੁਤ ਮਰਨੇ ਵਾਲੀ ਹੋ ਰਹੀ ਹੂੰ, ਆਪ ਕੁਛ ਕਰੋਗੇ ਤੋ ਠੀਕ ਹੈ, ਨਹੀਂ ਤਾਂ ਹਮਾਰਾ ਕੰਮ ਬਹੁਤ ਖਰਾਬ ਹੋ ਜਾਏਗਾ। ਹਾਂਜੀ, ਸਰਕਾਰਾਂ ਕੋਈ ਕੰਮ ਨਹੀਂ ਕਰ ਰਹੀ ਹੈਗੀ, ਕਭੀ ਕਈ ਕੂੜੇ ਕੇ ਢੇਰ ਲੱਗ ਰਿਹਾ, ਕਈ ਕੁਛ ਲੱਗ ਰਿਹਾ ਹੈਗਾ, ਇਸਕੇ ਬਾਅਦ ਮੈਂ ਸੋਚੋਗੇ ਤੋ ਬਹੁਤ ਅੱਛੀ ਕਾਰਵਾਈ ਹੋਵੇਗੀ, ਤਾਂ ਇਸਕੋ ਵੋਟੋ ਪਾਓ ਤਾਂ ਬਹੁਤ ਜੀਤ ਮੈਂ ਰਹੋਗੇ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।